ਬ੍ਰਾਡ ਸਾਹਿਬ ਜੋ ਵਿਰੋਧ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਲਗਾਤਾਰ ਹਰ ਰੈਲੀ ਤੋਂ ਪਹਿਲਾਂ ਪਹੁੰਚ ਰਹੇ ਨੇ ਕਿਸਾਨ ਕੀ ਕਹੋਗੇ ਇਸ ਬਾਰੇ ਕਿੱਦਾਂ ਦੀ ਲੱਗਦੀ ਹੈ ਤਸਵੀਰ ਮੇਰੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਤੁਹਾਡੇ ਰਾਹੀਂ ਸਾਰੇ ਮੀਡੀਆ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਕਿਸਾਨ ਨਾ ਸੱਦੋ ਉਹ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨੇ ਔਰ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮਾਂ ਦੀ ਚੜ੍ਹਤ ਹੋ ਰਹੀ ਹੈ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਆਪਦੀ ਕੰਪੇਨ ਨੂੰ ਅੱਗੇ ਮੰਗਾ ਰਿਹਾ ਹੈ ਉਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਬੰਦੇ ਜਿਹੜੇ ਹੈਗੇ ਆ ਉਹ ਵਿਰੋਧਤਾ ਕਰਨ ਦੇ ਲਈ ਆ ਰਹੇ ਆ ਜੇ ਕਿਸਾਨਾਂ ਦੀ ਗੱਲ ਕਰੋ ਤਾਂ ਕਿਸਾਨ ਸੰਯੁਕਤ ਮੋਰਚੇ ਨੇ ਪਿੱਟ ਪਿੱਟ ਕੇ ਰੌਲਾ ਪਾ ਪਾ ਕੇ ਕਹਿ ਰਹੇ ਆ ਕਿ ਤੁਸੀਂ ਬੀਜੇਪੀ ਦਾ ਫਾਇਦਾ ਕਰਨ ਲਈ ਤੁਰੇ ਹੋਏ ਹੋ ਜਿਸ ਕਿਸਮ ਦਾ ਮਾਹੌਲ ਸਿਰਜ ਰਹੇ ਹੋ ਉਹ ਰਾਸ਼ਟਰਪਤੀ ਰਾਜ ਵੱਲ ਵੱਧ ਸਕਦਾ ਹੈ ਇਸ ਕਰਕੇ ਜੇ ਮੀਡੀਆ ਵੀ ਉਹਨਾਂ ਨੂੰ ਕਿਸਾਨ ਸੱਦੂਗਾ ਇਹ ਨਹੀਂ ਵੀ ਜੇ ਕਿਸੇ ਕਿਸਾਨ ਦਾ ਝੰਡਾ ਫੜ ਲਿਆ ਤੇ ਉਹ ਕਿਸਾਨ ਯੂਨੀਅਨਾਂ ਦਾ ਬੰਦਾ ਬਣ ਗਿਆ ਸਵਾਲ ਇੰਨਾ ਹੀ ਹੈ ਕਿ ਕਿਸਾਨ ਦੇ ਰੂਪ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਕਿਸਾਨ ਇਕੱਠੇ ਹੋਏ ਸੀ ਜਦੋਂ ਇਹ ਸਾਰਿਆਂ ਦਾ ਸਾਂਝਾ ਮੋਰਚਾ ਸੀ ਪਰ ਅੱਜ ਸਿਰਫ ਸਾਡੀ ਪਾਰਟੀ ਦਾ ਵਿਰੋਧ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਕਾਂਗਰਸ ਪਾਰਟੀ ਦੇ ਔਰ ਮੈਂ ਇੱਥੋਂ ਤੀਕਰ ਕਹੂੰਗਾ ਕਿ ਬੀਜੇਪੀ ਦੇ ਪਲਾਂਟਡ ਬੰਦੇ ਵੀ ਹੋ ਸਕਦੇ ਆ ਕਿਉਂਕਿ ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਅਰਾਜਕਤਾ ਫੈਲਾਈ ਜਾਵੇ ਔਰ ਪਿਛਲੇ ਦਿਨਾਂ 'ਚ ਜਦੋਂ ਅਮਿਤ ਸ਼ਾਹ ਨੂੰ ਮਿਲੇ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਯਾਦ ਕਰੋ ਉਹਨਾਂ ਨੇ 100 ਕੰਪਨੀਆਂ ਜਿਹੜੀਆਂ ਉਹ ਮੰਗੀਆਂ ਸੀ ਇਹ ਸਾਰਾ ਕੁਝ ਮੈਨੂੰ ਤੇ ਇਹ ਲੱਗਦਾ ਕਿ ਪ੍ਰੀ ਪਲੈਨਡ ਹੈਗਾ ਸਰਕਾਰ ਵੀ ਇਹਦੇ ਵਿੱਚ ਮਿਲੀ ਹੋਈ ਹੈ ਕੇਂਦਰ ਸਰਕਾਰ ਵੀ ਮਿਲੀ ਹੋਈ ਹੈ ਪਰ ਸਿਆਸਤ ਦੇ ਵਿੱਚ ਤੁਹਾਡੇ ਵਿਰੋਧੀ ਕਹਿੰਦੇ ਨੇ ਬ੍ਰਾਡ ਸਾਹਿਬ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਜੇ ਲੋਕ ਕਿਸਾਨ ਨਜ਼ਰ ਨਹੀਂ ਆਉਂਦੇ ਜਦੋਂ ਭਾਜਪਾ ਦਾ ਵਿਰੋਧ ਹੁੰਦਾ ਉਦੋਂ ਤਾਂ ਕਿਸਾਨ ਹੀ ਹੁੰਦੇ ਨੇ ਨਹੀਂ ਮੈਂ ਇੱਕ ਬੇਨਤੀ ਕਰਦੇ ਹਾਂ ਦੂਜੀ ਇੱਕ ਜਿਹੜੀ ਸਪਸ਼ਟ ਸ਼ਬਦਾਂ 'ਚ ਬੇਨਤੀ ਕਰਾਂ ਕਿ ਪਿਛਲੇ ਹਫ਼ਤੇ ਦੇ ਵਿੱਚ ਕਿਸਾਨ ਸੰਯੁਕਤ ਮੋਰਚੇ ਦੇ ਸਾਰੇ ਆਗੂਆਂ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵਿਰੋਧ ਨਹੀਂ ਕਰਨਾ ਬੀਜੇਪੀ ਦਾ ਤਾਂ ਅਸੀਂ ਵੀ ਵਿਰੋਧ ਕਰਦੇ ਹਾਂ ਕਾਂਗਰਸ ਵੀ ਕਰਦੀ ਆ ਆਪ ਵੀ ਕਰਦੀ ਆ ਕਿਸਾਨ ਵੀ ਕਰਦੇ ਸਾਰੇ ਕਰਦੇ ਆ ਕਿਉਂਕਿ ਉਹਨਾਂ ਦਾ ਐਲਾਨ ਹੋਇਆ ਵੀ ਉਹਨਾਂ ਦਾ ਵਿਰੋਧ ਕਰਨਾ ਹੀ ਕਰਨਾ ਪਰ ਜਿਹੜਾ ਮੰਨ ਲਓ ਸਾਡੇ ਪ੍ਰਤੀ ਜਿਹੜਾ ਵਿਰੋਧ ਹੈਗਾ ਜਦੋਂ ਸੰਯੁਕਤ ਮੋਰਚੇ ਦੀ ਕੋਈ ਕਾਲ ਨਹੀਂ ਕਿਸੇ ਕਿਸਾਨ ਯੂਨੀਅਨ ਦੀ ਕੋਈ ਕਾਲ ਨਹੀਂ ਫਿਰ ਇਹ ਕਿਹੜੇ ਕਿਸਾਨ ਹੈ ਅਸੀਂ ਹਰ ਰੋਜ਼ ਫੋਟੋਆਂ ਦਿਖਾ ਦਿਖਾ ਕੇ ਕਰਦੇ ਹਾਂ ਕਿ ਇਹ ਫਲਾਂ ਪਿੰਡ ਦਾ ਕਾਂਗਰਸੀ ਹੈ ਇਹ ਫਲਾਂ ਪਿੰਡ ਦਾ ਆਮ ਆਦਮੀ ਪਾਰਟੀ ਦਾ ਸਮਰਾਲੇ 'ਚ ਵੀ ਅਸੀਂ ਇਸੇ ਤਰ੍ਹਾਂ ਦਿਖਾਇਆ ਇਸੇ ਤਰ੍ਹਾਂ ਜਿਹੜਾ ਇੱਕ ਪ੍ਰੋਗਰਾਮ ਪਹਿਲਾਂ ਹੋਇਆ ਸੀ ਅਸੀਂ ਉੱਥੇ ਵੀ ਇਸੇ ਤਰ੍ਹਾਂ ਦਿਖਾਇਆ ਠੀਕ ਹੈ ਬ੍ਰਾਡ ਸਾਹਿਬ ਤੁਸੀਂ ਤਾਂ ਬਣੇ ਹੋਏ ਹੋ ਸਾਡੇ ਨਾਲ ਤੁਹਾਡੇ ਨਾਲ ਗੱਲਬਾਤ ਕਰ ਵੀ ਰਹੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਅਮਨ ਅਰੋੜਾ ਜੀ ਵੀ ਜੁੜ ਚੁੱਕੇ ਨੇ ਸਾਡੇ ਨਾਲ ਅਰੋੜਾ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਜੀ ਪੰਜਾਬ ਰਹਿਣਾ ਹਿਮਾਚਲ ਤੇ ਮਿਹਰਬਾਨੀ ਜੀ ਥੈਂਕ ਯੂ ਅਰੋੜਾ ਸਾਹਿਬ ਚਰਨਜੀਤ ਬ੍ਰਾਡ ਜੀ ਸਾਡੇ ਨਾਲ ਜੁੜੇ ਹੋਏ ਨੇ ਕਹਿੰਦੇ ਇਹ ਜੋ ਵਿਰੋਧ ਕਰ ਰਹੇ ਨੇ ਇਹ ਆਮ ਆਦਮੀ ਪਾਰਟੀ ਇਹ ਭਾਜਪਾ ਇਹ ਕਾਂਗਰਸ ਦੇ ਪਲਾਂਟਡ ਲੀਡਰਸ ਨੇ ਨਹੀਂ ਮੈਡਮ ਦੇਖੋ ਮੈਂ ਤਾਂ ਖੈਰ ਮੈਨੂੰ ਤੁਹਾਡੇ ਤੋਂ ਇਹ ਮੈਂ ਪਿੰਡਾਂ ਦੇ ਵਿੱਚ ਨਿਕਲਿਆ ਹੋਇਆ ਸੀਗਾ ਹੁਣੇ ਤੁਹਾਡੇ ਫੋਨ ਤੇ ਪਤਾ ਲੱਗਿਆ ਕਿ ਇਸ ਤਰੀਕੇ ਦਾ ਕੋਈ ਵਿਰੋਧ ਹੋਇਆ ਮੈਂ ਤਾਂ ਇੰਨੀ ਕਹਿਣਾ ਚਾਹੂੰਗਾ ਕਿ ਕਿਸੇ ਵੀ ਤਰ੍ਹਾਂ ਦੇਖੋ ਡੈਮੋਕ੍ਰੇਸੀ ਦੇ ਵਿੱਚ ਪੀਸਫੁਲ ਤਰੀਕੇ ਨਾਲ ਹਰੇਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਤੇ ਕਹਿਣਾ ਚਾਹੀਦਾ ਵੀ ਹੈ ਲੀਡਰਾਂ ਨੂੰ ਸਵਾਲ ਵੀ ਕਰਨੇ ਚਾਹੀਦੇ ਨੇ ਕੋਈ ਦਿੱਕਤ ਨਹੀਂ ਹੈ ਉਸ ਪਰ ਕਿਸੇ ਵੀ ਤਰੀਕੇ ਦੀ ਵਾਇਲੈਂਸ ਜਿਹੜੀ ਹੈ ਉਹਨੂੰ ਅਸੀਂ ਸਿਰੇ ਤੋਂ ਖਾਰਜ ਕਰਦੇ ਹਾਂ ਉਹਨੂੰ ਕੰਡੈਮ ਕਰਦੇ ਹਾਂ ਸਵਾਲ ਜਵਾਬ ਨੇ ਜਿਹੜੇ ਲੀਡਰਾਂ ਨੂੰ 100 ਕਰੋ ਪਰ ਕਿਸੇ ਵੀ ਤਰੀਕੇ ਦੀ ਵਾਇਲੈਂਸ ਹੈ ਜਿਹੜੀ ਉਹ ਮੈਂ ਸਮਝਦਾ ਕਿ ਸਭਿਅਕ ਸਮਾਜ ਦੇ ਵਿੱਚ ਉਹ ਐਕਸੈਪਟੇਬਲ ਨਹੀਂ ਕੀਤੀ ਜਾ ਸਕਦੀ ਸੋ ਜਿਸਨੇ ਵੀ ਇਹ ਕੀਤਾ ਜਿਹਨੇ ਵੀ ਕੀਤਾ ਉਹਨੂੰ ਮੈਂ ਤਾਂ ਸਮਝਦਾ ਕਿ ਬਲਕਿ ਹੁਣ ਇਸ ਤਰੀਕੇ ਦੀਆਂ ਗੱਲਾਂ ਨੇ ਜਿਹੜੀਆਂ ਇਸ ਚੀਜ਼ ਨੂੰ ਤਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਬੜੇ ਸਿਆਣੇ ਸੋਝੇ ਲੀਡਰ ਨੇ ਸੰਯੁਕਤ ਕਿਸਾਨ ਮੋਰਚਾ ਉਹ ਵੀ ਕਈ ਵਾਰੀ ਕਹਿ ਚੁੱਕਿਆ ਵੀ ਸਿਰਫ ਜਿਹੜੇ ਬੀਜੇਪੀ ਵਾਲੇ ਨੇ ਉਹਨਾਂ ਦਾ ਘਿਰਾਓ ਕਰੋ ਜਾਂ ਬਾਕੀਆਂ ਦੇ ਤਾਂ ਉਹਨਾਂ ਨੇ ਮੇਰੇ ਸੱਚ ਗੱਲ ਕੀਤੀ ਸਰ ਚੁੱਕੇ ਫਿਰ ਵੀ ਕਿਉਂ ਹੋ ਰਿਹਾ ਹੈ ਮੇਰੇ ਤੋਂ ਸਮਝ ਤੋਂ ਬਾਹਰ ਇਹ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਅਰੋੜਾ ਸਾਹਿਬ ਤੁਹਾਡੇ ਮੁਤਾਬਕ ਇਹ ਪ੍ਰਦਰਸ਼ਨਕਾਰੀ ਕਿਸਾਨ ਨੇ ਜਾਂ ਫਿਰ ਪੋਲੀਟੀਕਲ ਪਾਰਟੀਆਂ ਦੇ ਆਗੂ ਪਲਾਂਟ ਕੀਤੇ ਹੋਏ ਨੇ ਨਹੀਂ ਮੈਡਮ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਜਿਹੜਾ ਜੇ ਕੋਈ ਕਿਸੇ ਪਾਰਟੀ ਦਾ ਪਲਾਂਟਡ ਬੰਦਾ ਹੋਵੇ ਨਾ ਜੀ ਤੇ ਸੰਘਰਸ਼ ਸਾਲ ਭਰ ਚੱਲਦਾ ਨਹੀਂ ਸੀਗਾ ਐਕਚੁਅਲੀ ਤੁਸੀਂ ਦੋ ਚੀਜ਼ਾਂ ਨੂੰ ਨਹੀਂ ਸਰ ਜੋ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਹੋ ਰਿਹਾ ਹੈ ਬ੍ਰਾਡ ਸਾਹਿਬ ਕਹਿ ਰਹੇ ਨੇ ਕਿ ਇਹ ਆਮ ਆਦਮੀ ਪਾਰਟੀ ਇਹ ਕਾਂਗਰਸ ਇਹ ਭਾਜਪਾ ਦੇ ਪਲਾਂਟਡ ਲੀਡਰਸ ਨੇ ਮੈਡਮ ਚਲੋ ਇਸ ਤਰ੍ਹਾਂ ਕਿ ਬ੍ਰਾਡ ਸਾਹਿਬ ਦੀਆਂ ਗੱਲਾਂ ਦਾ ਤਾਂ ਮੈਂ ਕੀ ਜਵਾਬ ਦਵਾਂ ਮੈਂ ਇਹ ਮੰਨ ਕੇ ਚੱਲਦਾ ਕਿ ਜਿਹੜੇ ਲੋਕ ਨੇ ਜਿਹੜੇ ਵਿਰੋਧ ਕਰ ਰਹੇ ਨੇ ਉਹ ਕਿਸਾਨ ਵੀ ਨੇ ਤੇ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਵੀ ਜੁੜੇ ਹੋਏ ਨੇ ਇਹ ਤਾਂ ਹੈ ਨਹੀਂ ਨਾ ਪਿੰਡਾਂ ਦੇ ਵਿੱਚ ਲੋਕ ਵੀ ਹੈਗੇ ਲੀਡਰ ਵੀ ਹੈਗੇ ਕਿਸਾਨ ਵੀ ਹੈਗੇ ਉਹ ਕਿਸੇ ਨਾ ਕਿਸੇ ਜਦੋਂ ਉੱਥੇ ਜਾਂਦੇ ਨੇ ਉਦੋਂ ਸਾਰੇ ਦੇ ਸਾਰਿਆਂ ਚਾਹੇ ਕੋਈ ਕਾਂਗਰਸ ਦਾ ਚਾਹੇ ਕੋਈ ਅਕਾਲੀ ਦਲ ਦਾ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਚਾਹੇ ਕੋਈ ਕਾਮਰੇਡ ਦਾ ਕੋਈ ਬੀਐਸਸੀ ਦਾ ਉੱਥੇ ਕਿਸਾਨ ਬੈਠ ਕੇ ਇੱਕ ਟਰਾਲੀ ਦੇ ਵਿੱਚ ਆਪਾਂ ਰੋਟੀ ਖਾਂਦੇ ਵੀ ਦੇਖੇ ਨੇ ਤੇ ਇੱਥੇ ਆ ਕੇ ਜੇ ਉਹ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਕਿਸੇ ਇੱਕ ਪਾਰਟੀ ਦੇ ਖਿਲਾਫ ਤਾਂ ਮੈਂ ਸਮਝਦਾ ਕਿ ਇਹਨੂੰ ਅਜਿਹੀ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ
ਠੀਕ ਹੈ ਜੀ ਦੂਜੀ ਪਾਰਟੀ ਕਰਾ ਰਹੀ ਹੈ ਜਾਂ ਕਿਸੇ ਉਹ ਕਿਸੇ ਨਾ ਕਿਸੇ ਨਾਲ ਤਾਂ ਕੋਈ ਨਾ ਕੋਈ ਤਾਂ ਜੁੜਿਆ ਹੀ ਹੁੰਦਾ ਪਰ ਮੇਰੀ ਆਲ ਸੈਡ ਐਂਡ ਡਨ ਮੈਂ ਫਿਰ ਵੀ ਇਸ ਗੱਲ ਨੂੰ ਬੜੀ ਸੰਜੀਦਗੀ ਦੇ ਨਾਲ ਔਰ ਜ਼ਿੰਮੇਵਾਰੀ ਦੇ ਨਾਲ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਜਿੰਨੇ ਕਿਸਾਨ ਵੀਰ ਨੇ ਉਹ ਆਪਦੇ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਜਿਹੜੀ ਕਾਲ ਦਿੱਤੀ ਹੋਈ ਹੈ ਉਹ ਨੂੰ ਸੁਣਨ ਉਹਨੂੰ ਮੰਨਣ। ਹਾਂ ਸਵਾਲ ਉਹ ਚਾਹੇ ਸਾਨੂੰ ਸਵਾਲ ਕਰਨ, ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਵਾਲ ਕਰਨ, ਕਾਂਗਰਸ ਦੀ ਲੀਡਰਸ਼ਿਪ ਨੂੰ ਸਵਾਲ ਕਰਨ, ਉਹ ਕਰਨਾ ਬਣਦਾ, ਉਹਨਾਂ ਦਾ ਹੱਕ ਹੈ। ਪਰ ਕਿਸੇ ਵੀ ਤਰੀਕੇ ਦਾ ਵਿਰੋਧ ਜਿਹੜਾ ਕਿ ਵਾਇਲੈਂਟ ਰੂਪ ਧਾਰ ਜੇ ਉਹ ਜਸਟੀਫਾਈਡ ਨਹੀਂ ਹੈਗਾ, ਅਸੀਂ ਉਹਨੂੰ ਕੰਡੈਮ ਕਰਦੇ ਹਾਂ ਜੀ। ਠੀਕ ਹੈ, ਬਰਾੜ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ। ਬਰਾੜ ਸਾਹਿਬ ਕੁਝ ਸਵਾਲਾਂ ਦੇ ਜਵਾਬ ਚਾਹੁੰਦੇ ਨੇ, ਕੱਲ ਬਾਈਟ ਵੀ ਇਸ ਤਰ੍ਹਾਂ ਦੇ ਬਿਆਨ ਵੀ ਆਏ ਕਿ ਸਾਨੂੰ ਕੁਝ ਸਵਾਲਾਂ ਦੇ ਜਵਾਬ ਦੇ ਦਿਓ, ਜਦ ਤੱਕ ਜਵਾਬ ਨਹੀਂ ਮਿਲਣਗੇ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ, ਕਿ ਵਿਰੋਧ ਦੀ ਤਸਵੀਰ ਵੀ ਅਸੀਂ ਇਸੇ ਤਰ੍ਹਾਂ ਵੇਖਦੇ ਰਹਾਂਗੇ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦਾ ਰਹੇਗਾ ਕਿ ਇਹ ਕਿਸਾਨ ਨਹੀਂ ਹਨ। ਠੀਕ ਹੈ, ਜੇ ਮੰਨ ਵੀ ਲਈਏ ਪਰ ਫਿਰ ਵੀ ਕੀ ਇਸ ਤਰ੍ਹਾਂ ਦੀਆਂ ਤਸਵੀਰਾਂ ਦਾ ਸਾਹਮਣੇ ਆਉਣਾ ਸੂਬੇ ਦੇ ਵਿੱਚ ਹਰ ਰੋਜ਼, ਕੀ ਇਹ ਵਾਜਿਬ ਨਜ਼ਰ ਆਉਂਦਾ? ਦੇਖੋ ਜਿਸ ਤਰ੍ਹਾਂ ਅਰੋੜਾ ਸਾਹਿਬ ਨੇ ਵੀ ਗੱਲ ਕੀਤੀ ਹੈ, ਸਾਡੇ ਲਈ ਫਿਕਰਮੰਦੀ ਵਾਲੀ ਗੱਲ ਹੈ। ਜੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਨਹੀਂ ਦਿੱਤੀ, ਫਿਰ ਇਹ ਕੌਣ ਲੋਕ ਨੇ, ਕੌਣ ਇਹਨਾਂ ਨੂੰ ਉਕਸਾ ਰਿਹਾ? ਜਿਹੜੀ ਗੱਲ ਮੈਂ ਕੀਤੀ ਹੈ, ਇੱਕ ਮੈਂ ਗੱਲ ਸਪਸ਼ਟ ਕਰਦੇ ਹਾਂ, ਇਹ ਸਗੋਂ ਦੀ ਪਾਰਟੀਆਂ ਨੂੰ ਵੀ ਸਪਸ਼ਟ ਕਰਨਾ ਪੈਣਾ ਵੀ ਸਾਡੀ ਪਾਰਟੀ ਦਾ ਕੋਈ ਵਿਰੋਧ ਨਹੀਂ ਤੇ ਨਾ ਹੀ ਵਿਰੋਧ ਕਰਨ। ਤੇ ਜਿਵੇਂ ਸੰਯੁਕਤ ਮੋਰਚੇ ਨੇ ਬਿਆਨ ਦਿੱਤਾ, ਇਵੇਂ ਸਾਰੇ ਪਾਰਟੀਆਂ ਨੂੰ ਦੇਣਾ ਪਊਗਾ। ਉਹਦਾ ਕਾਰਨ ਇਹ ਹੈ ਕਿ ਪੰਜਾਬ ਨੂੰ ਰਾਜਕਤਾ ਵੱਲ ਵਧਾਉਣ ਵਾਲੇ ਉਹ ਕੌਣ ਲੋਕ ਨੇ, ਕਿਹਦਾ ਮਸਲਾ ਹੱਲ ਹੋ ਰਿਹਾ? ਇੱਕੋ ਧਿਰ ਦਾ ਮਸਲਾ ਹੱਲ ਹੋ ਰਿਹਾ ਇਹਨਾਂ ਮਸਲਿਆਂ ਦੇ ਨਾਲ ਬੀਜੇਪੀ ਦਾ। ਕੱਲ ਨੂੰ ਜਿਵੇਂ ਮਤੇ ਪੈ ਗਏ 3%, 2%, 5% ਪੰਚਾਇਤਾਂ ਦੇ ਮਤੇ ਪੈ ਗਏ, ਇਸੇ ਤਰ੍ਹਾਂ ਕਹਿਤਾ ਜੀ ਵੀ ਇਹ ਤਾਂ ਚੋਣਾਂ ਵਾਲਾ ਮਾਹੌਲ ਹੀ ਨਹੀਂ ਰਿਹਾ ਤੇ ਰਾਸ਼ਟਰਪਤੀ ਰਾਜ ਲੱਗ ਜਾਊਗਾ, ਰਾਸ਼ਟਰਪਤੀ ਰਾਜ ਲੱਗ ਜਾਊਗਾ ਤੇ ਅਮਿਤ ਸ਼ਾਹ ਦਾ ਰਾਜ ਲੱਗ ਜਾਊਗਾ, ਫਿਰ ਬਾਕੀ ਤਾਂ ਸਾਰੇ ਹੱਥ ਤੇ ਹੱਥ ਧਰ ਕੇ ਬੈਠਣ ਵਾਲੇ ਰਹਿਣਗੇ। ਇਸ ਕਰਕੇ ਸਾਨੂੰ ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠ ਕੇ ਅੱਜ ਸਥਿਤੀ ਇਹ ਹੈ ਕਿ ਇਕੱਲੇ ਬੀਜੇਪੀ ਦੇ ਵਿਰੋਧ ਦੀ ਕੌਲ ਹੈਗੀ ਹੈ ਤੇ ਬਾਕੀ ਸਭ ਦਾ ਕੋਈ ਵੀ ਵਿਰੋਧ ਕਰਦਾ ਹੈ, ਜੇ ਹੋਰ ਕਿਸੇ ਪਾਰਟੀ ਦਾ ਵਿਰੋਧ ਕਰਦਾ ਅਸੀਂ ਵੀ ਨਿੰਦਾ ਕਰਦੇ ਹਾਂ। ਬਿਲਕੁਲ ਬਿਲਕੁਲ, ਇਹ ਨਿੰਦਾ ਅਮਨ ਅਰੋੜਾ ਸਾਹਿਬ ਨੇ ਵੀ ਕੀਤੀ ਹੈ, ਇਹ ਤਾਂ ਤੁਸੀਂ ਸੁਣਿਆ ਬਰਾੜ ਸਾਹਿਬ, ਪਰ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਹੈ, ਪਰ ਜਦੋਂ ਕਿ ਟਰਾਲੀਆਂ ਦੇ ਵਿੱਚ ਜਦੋਂ ਰੋਟੀ ਖਾਂਦੇ ਵੇਖਿਆ ਉਦੋਂ ਤਾਂ ਕਿਸਾਨ ਸੀ ਤੇ ਅੱਜ ਜਦੋਂ ਇੱਥੇ ਵਿਰੋਧ ਕਰ ਰਹੇ ਨੇ ਤਾਂ ਕਿਸਾਨ ਨਹੀਂ। ਅਰੋੜਾ ਸਾਹਿਬ ਨੇ ਕਿਹਾ ਕਿ ਕਿਸਾਨ ਵੀ ਨੇ ਪਰ ਕਿਸੇ ਨਾ ਕਿਸੇ ਪਾਰਟੀਆਂ ਦੇ ਨਾਲ ਵੀ ਸੰਬੰਧਿਤ ਨੇ। ਨਹੀਂ, ਫਿਰ ਪੋਲੀਟੀਕਲ ਪਾਰਟੀਆਂ ਨੂੰ ਬੰਦਿਆਂ ਨੂੰ ਰੋਕਣਾ ਪਏਗਾ ਓਪਨਲੀ, ਉੱਥੇ ਜਿਵੇਂ ਸੰਯੁਕਤ ਮੋਰਚੇ ਨੇ ਬਿਆਨ ਦਿੱਤੇ ਆ, ਪੋਲੀਟੀਕਲ ਪਾਰਟੀਆਂ ਵੀ ਬਿਆਨ ਦੇਣ ਵੀ ਇਹਦੇ 'ਚ ਸਾਡਾ ਕੋਈ ਲੈਣਾ ਦੇਣਾ ਨਹੀਂ ਤੇ ਨਾ ਅਸੀਂ ਉਸ ਬੰਦੇ ਦੇ ਪਿੱਛੇ ਖੜਾਂਗੇ ਜਿਹੜਾ ਕੋਈ ਇਸ ਤਰ੍ਹਾਂ ਦਾ ਗਲਤ ਕੰਮ ਕਰਦਾ ਜਾਵੇ। ਗੱਡੀਆਂ ਤੋੜ ਦੇਣੀਆਂ, ਮਤਲਬ ਤੁਸੀਂ ਇੱਕ ਦੂਜੇ ਨਾਲ ਖੂਨੀ ਝਾਤਾਂ ਤੇ ਉਤਰ ਆਉਣਾ, ਇਹ ਪੰਜਾਬ ਅਸੀਂ ਲੈ ਕਿੱਧਰ ਨੂੰ ਜਾ ਰਹੇ ਹਾਂ? ਕੀ ਅਸੀਂ ਮੋਰਚਾ ਇਸ ਤਰ੍ਹਾਂ ਜਿੱਤ ਲਾਂਗੇ? ਜਿਹੜੀ ਪਾਰਟੀ ਦੇ ਬੰਦਿਆਂ ਦਾ ਵਿਰੋਧ ਹੋ ਰਿਹਾ, ਕੀ ਉਹ ਕੱਲ ਨੂੰ ਉੱਥੇ ਕਿਸ ਤਰ੍ਹਾਂ ਮੋਰਚੇ ਦਾ ਹਿੱਸਾ ਬਣ ਕੇ ਬੈਠਣ ਲਈ ਸੋਚਣਗੇ? ਜਿਹਨਾਂ ਸਵਾਲ ਤਾਂ ਇੱਕ ਬਰਾੜ ਸਾਹਿਬ ਇਹ ਵੀ ਉੱਠਦਾ ਆਇਆ ਨਾ ਕਿ ਮੁਹਿੰਮ ਨੂੰ ਨਾਮ ਦਿੱਤਾ ਗੱਲ ਪੰਜਾਬ ਦੀ ਤੇ ਇਹਦੇ ਵਿੱਚ ਬੋਲਬਾਲਾ ਜੋ ਹੈ ਉਹ ਸਿਰਫ ਤੇ ਸਿਰਫ ਉਮੀਦਵਾਰਾਂ ਦਾ ਹੋ ਰਿਹਾ। ਉਹ ਤੇ ਕੁਦਰਤੀ ਗੱਲ ਹੈ ਜੀ, ਸਿਆਸੀ ਪਾਰਟੀਆਂ ਆਪਦੇ ਉਮੀਦਵਾਰਾਂ ਦਾ ਨਹੀਂ ਕਰਨਗੀਆਂ, ਕੋਈ ਹੁਣ ਉੱਥੇ ਮੀਡੀਆ ਦਾ ਥੋੜੀ ਕਰਨਗੀਆਂ ਜਾਂ ਕਿਸੇ। ਪਰ ਗੱਲ ਤਾਂ ਪੰਜਾਬ ਦੀ ਹੈ ਨਾ ਸਰ, ਤੇ ਗੱਲ ਪੰਜਾਬ ਦੀ ਤੇ ਪੰਜਾਬ ਦੇ ਲੋਕਾਂ ਦੀ ਕਰ ਰਹੇ ਨਾ, ਪੰਜਾਬ ਦੇ ਲੋਕਾਂ ਤੋਂ ਪੁੱਛ ਰਹੇ ਕੀ ਮੁੱਦੇ ਹੈ, ਕੀ ਗੱਲ ਕਰਨੀ ਹੈ, ਕੀ ਸਰਕਾਰ ਆਊਗੀ ਤਾਂ ਅਸੀਂ ਅੱਗੇ ਕੰਮ ਕਰਨਾ। ਠੀਕ ਹੈ, ਤੁਹਾਡੇ ਮਲੂਕਾ ਸਾਹਿਬ ਤਾਂ ਕਹਿੰਦੇ ਨੇ ਸਥਾਨਕ ਲੋਕਾਂ ਤੋਂ ਰਾਏ ਨਹੀਂ ਲਈ ਤੇ ਲੋਕਾਂ ਦੀ ਮੰਨੀ ਨਹੀਂ ਜੋ ਉਮੀਦਵਾਰ ਐਲਾਨੇ ਆ। ਹੁਣ ਜਿਹੜੇ ਵਿਰੋਧੀ ਆ, ਜਿਹੜੇ ਬਾਹਰ ਸੜਕਾਂ ਤੇ ਝੰਡੇ ਦਿਖਾਉਣ ਨੂੰ ਖੜੇ ਆ, ਰਾਹ ਰੋਕਣ ਨੂੰ ਖੜੇ ਆ, ਉਹਨਾਂ ਦੀ ਬੰਦਾ ਗੱਲ ਕੀ ਮੰਨੂਗਾ ਤੇ ਸੁਣੂਗਾ? ਉਹਨਾਂ ਨੇ ਤਾਂ ਪਹਿਲਾਂ ਹੀ ਵਿਰੋਧ। ਚਲੋ ਮਲੂਕਾ ਸਾਹਿਬ ਨੂੰ ਤਾਂ ਇਹ ਸ਼ਿਕਾਇਤ ਨਜ਼ਰ ਆਈ ਸੀ ਕਿ ਸਾਡੇ ਆਪਣੇ ਵਰਕਰਾਂ ਦੀ ਗੱਲ ਨਹੀਂ ਸੁਣੀ ਪਾਰਟੀ ਨੇ ਜ਼ਿਲ੍ਹੇ ਦੇ। ਖੈਰ, ਬਹੁਤ ਧੰਨਵਾਦ ਤੁਹਾਡਾ ਚਰਨਜੀਤ ਬਰਾੜ ਜੀ ਸਾਡੇ ਨਾਲ ਜੁੜਨ ਦੇ ਲਈ। ਅਰੋੜਾ ਸਾਹਿਬ ਤੁਹਾਡਾ ਵੀ ਧੰਨਵਾਦ।